ਦੋਨੇ 13 ਪਰੋ ਦੋਨੇ 14 ਪਰੋ ਜਾਮ ਦੇਖੋ ਤੇ ਕਿੰਨਾ ਫਤਿਹ ਰੋਡ ਦਾ ਬੁਰਾ ਹਾਲ ਕਰ ਰੱਖਿਆ ਆ ਗਈ ਦੁਕਾਨ ਨਿਊ ਟਰਨ ਮੋਬਾਈਲ ਤੂੰ ਕਦੋਂ ਜਾਣਾ ਹੀ ਵੀਰੇ ਆਪਾਂ ਜਾਵਾਂਗੇ ਟੂਰਿਸਟ ਵੀਜ਼ਾ ਲਾ ਕੇ ਦੋਨੇ ਭਰਾ ਸ਼ਕਲ ਕਿਹੜਾ ਮੈਚ ਕਰਦਾ ਉਹਨਾਂ ਨਾਲ ਪਲੈਨ ਕੋਈ ਵੀ ਨਹੀਂ ਕਰਦਾ ਮੈਨੂੰ ਪਤਾ ਕੋਈ ਵੀ ਨਹੀਂ ਕਰਦਾ ਭਾਜੀ ਦੋਨੇ ਕਰਦੇ ਪਏ ਨੇ ਥੋੜਾ ਜਿਹਾ ਮਨ ਦੋ ਜਿਆਦਾ ਰੇਟ ਦੱਸ ਨਾ ਜਦੋਂ ਤੂੰ ਮੇਰਾ ਐਕਸ਼ਨ ਚੈੱਕ ਕਰ ਰਹੇ ਐਕਸ਼ਨ ਸਭ ਉੱਥੋਂ ਲੈ ਕੇ ਜਾਂਦੇ ਰਹੇ ਆਪਾਂ ਨਾ ਮੈਂ ਕੋਈ ਏਮ ਨਹੀਂ ਸੀ ਫੋਨ ਲੈਣਾ ਕੁਛ ਵੀ ਲੈਣਾ ਇਹਦੇ ਵੈਸੇ ਮੈਂ ਨਾਲ ਲਿਆ ਜੇ ਰਿਵਿਊ ਪੁੱਛੇ ਜਾਵੇ ਤਾਂ ਜਿਹੜਾ ਜਿਹਦੇ ਪੈਸੇ ਲੱਗਦੇ ਇਹਨਾਂ ਨੂੰ ਪਤਾ ਲੱਗਦਾ ਹੈਲੋ ਫਰੈਂਡ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਸਤਿ ਸ਼੍ਰੀ ਅਕਾਲ ਵਿਦ ਨਿਊ ਵੀਡੀਓ ਤੁਸੀਂ ਮੇਰਾ ਪਿਛਲਾ ਲੋਕ ਦੇਖਿਆ ਹੋਣਾ ਜੋ ਕਿ ਆਪਾਂ ਜਸ਼ਨ ਨੂੰ ਉੱਥੇ ਚੜ੍ਹਾ ਕੇ ਆਏ ਸੀ ਮਤਲਬ ਕਿ ਫਲਾਈਟ ਚੜ੍ਹਾ ਕੇ ਆਏ ਆਪਾਂ ਉਹਨੂੰ ਉਹਦੀ ਟ੍ਰੇਨ 'ਤੇ ਅਤੇ ਮੇਰੀ ਹੁਣ ਇੱਕਦਮ ਪਲੈਨਿੰਗ ਬਣੀ ਹੈ ਆਪਾਂ ਚੱਲਦੇ ਹਾਂ ਫਤਿਹਾਬਾਦ ਮੋਬਾਈਲ ਮਾਰਕੀਟ ਅਤੇ ਇਸ ਵਾਰ ਨਾ ਮੈਂ ਦੇਖਣਾ ਫੋਨ ਮੇਰੇ ਕੋਲ ਆਈਫੋਨ ਹੈਗਾ ਅਤੇ ਮੈਂ ਸੋਚਦਾ ਥੋੜ੍ਹਾ ਇਹਨੂੰ ਅਪਗ੍ਰੇਡ ਕਰਾਂ ਥੋੜ੍ਹੀ ਸਟੋਰੇਜ ਵੱਡੀ ਲਵਾਂ ਜਾਂ ਫਿਰ ਇਹਨੂੰ ਥੋੜ੍ਹਾ ਅਪਗ੍ਰੇਡ ਕਰਾਂ ਚੱਲਦੇ ਹਾਂ ਜਦੋਂ ਵਧੀਆ ਫੋਨ ਮਿਲਿਆ ਆਪਾਂ ਲੈ ਕੇ ਆਵਾਂਗੇ ਨਹੀਂ ਤਾਂ ਕੋਈ ਨਹੀਂ ਮਾਰਕੀਟ ਐਕਸਪਲੋਰ ਕਰਕੇ ਤੁਹਾਨੂੰ ਦਿਖਾਵਾਂਗੇ ਅਤੇ ਆਪਾਂ ਹੁਣ ਚੱਲਦੇ ਹਾਂ ਔਰ ਸਿਰਫ ਆਪਣਾ ਉੱਥੇ ਹੀ ਫਤਿਹਾਬਾਦੀ ਹੈ ਜੇ ਨਾਲ ਕੋਈ ਜਾਂਦੇ ਦੇਖਦੇ ਹਾਂ ਉੱਥੇ ਵੀ ਚੱਲਦੇ ਹਾਂ ਠੀਕ ਹੈ ਪਹੁੰਚਣ ਵਾਲੇ ਆਪਾਂ ਫਤਿਹਾਬਾਦ ਵੈਸੇ ਤਾਂ 15-20 ਮਿੰਟ ਦਾ ਰਸਤਾ ਹੈਗਾ ਬਟ ਅੱਧਾ ਘੰਟਾ ਲੱਗ ਗਿਆ ਆਪਾਂ ਜਾਮ ਦੇਖੋ ਤੇ ਕਿੰਨਾ ਫਤਿਹ ਰੋਡ ਦਾ ਬੁਰਾ ਹਾਲ ਕਰ ਰੱਖੇ ਇਹਨਾਂ ਨੇ ਸਾਰਾ ਰੋਡ ਹੀ ਪੱਟਿਆ ਵਾ ਜਿੰਨਾ ਹੈਗਾ ਜਿਹੜਾ ਤਾਂ 5-10 ਮਿੰਟ ਹੋ ਗਿਆ ਇੱਥੇ ਬਸ ਜਾਣ ਠੀਕ ਹੈ ਰੋਡ ਦੇਖੋ ਬਸ ਹੁਣ ਸਿੱਧਾ 5 ਮਿੰਟ 'ਚ ਆਪਾਂ ਪਹੁੰਚ ਜਾਂਗੇ ਉੱਥੇ ਆਪਾਂ A few moments later 8 ਵਜਣ ਵਾਲੇ ਆ 6 ਵਜੇ ਦਾ ਪਲਾਨ ਸੀ ਮੇਰਾ ਤੁਰੰਤ ਦਾ 6 ਵਜੇ ਕਰਦਾ ਕਰਦਾ ਥੋੜ੍ਹਾ ਜਿਹਾ ਲੇਟ ਹੋ ਗਿਆ 8 ਵਜ ਗਏ ਇਹ ਦੇਖੋ ਆ ਗਈ ਦੁਕਾਨ ਨਿਊ ਟਰਨ ਮੋਬਾਈਲ ਜੇ ਤਾਂ ਆਪਾਂ ਹਰ ਵਾਰ ਆਉਂਦੇ ਹਾਂ ਬਟ ਐਸ ਕਿ ਥੋੜ੍ਹਾ ਜਿਹਾ ਹਨੇਰਾ ਹੋ ਗਿਆ ਕਿਉਂਕਿ ਟਾਈਮ 8 ਵਜ ਗਏ 8 ਵਜੇ ਦੇ ਕਰੀਬ ਹੋ ਗਏ ਚੱਲਦੇ ਹਾਂ ਕਿਹੜਾ ਅੱਛੀ ਰਹਿੰਦਾ ਉੱਥੇ ਸੀਗਾ ਆਉਂਦੇ ਫਿਰ ਚੱਲਦੇ ਅੰਦਰ ਆਪਾਂ ਤੁਹਾਨੂੰ ਦਿਖਾਉਂਦੇ ਇਹ ਮਤਲਬ ਕਿੱਥੇ ਨਾ ਫਤਿਹਾਬਾਦ ਲਾਲ ਬੱਤੀ ਹੈਗੀ ਹੈ ਲਾਲ ਬੱਤੀ ਤੋਂ ਤੁਸੀਂ ਲੈਫਟ ਲੈਣਾ ਲੈਫਟ ਲਾ ਕੇ ਸਿੱਧਾ ਰੋਡ ਆਊਗਾ ਬੜਾ ਸਿੱਧਾ ਅੰਦਰ 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 ਐਂਟਰ ਹੋਣਾ ਫਿਰ ਮਤਲਬ ਉੱਥੇ ਮਿਲਦਾ ਸਾਰਾ ਫੋਨ ਦਾ ਗਾਰਡ ਵਗੈਰਾ ਲੈਮੀਨੇਸ਼ਨ ਕਵਰ ਹਰ ਇੱਕ ਚੀਜ਼ ਮਿਲ ਜੂਗੀ ਬਾਕੀ ਛੋਟੀ ਮੋਟੀ ਦੁਕਾਨਾਂ ਜਿਹੜੀ ਹੈਗੀਆਂ ਨੇ ਆ ਦੇਖੋ ਆਹ ਥੋੜ੍ਹੀ ਮੇਨ ਦੁਕਾਨ ਹੈ ਕੌਣ ਆਇਆ ਦੇਖੋ ਕੌਣ ਆਇਆ ਬਿਗ ਫੈਨ ਅੱਛਾ ਤਾਂ ਭਰਾ ਚੱਲਿਆ ਵਾਧੂ ਕਦੋਂ ਜਾਣਾ ਤੂੰ ਕਦੋਂ ਜਾਣਾ ਹੀ ਵੀਰੇ ਆਪਾਂ ਜਾਵਾਂਗੇ ਟੂਰਿਸਟ ਵੀਜ਼ਾ ਲਾ ਕੇ ਦੋਨੇ ਭਰਾ ਵਲੌਗ ਬਣਾਉਣ ਹਾਏ ਹਾਏ ਓ ਮਾਈ ਗੋਡ ਇਹ ਜਲਦੀ ਤੋਂ ਜਲਦੀ ਇਹ ਤੂੰ ਜਿਹੜੀ ਦਿਲ ਦੀਆਂ ਵੀਡੀਓ ਵਾਇਰਲ ਕਰੋ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਜੋ ਕੁਝ ਕਰਨਾ ਕਰੋ ਸਾਨੂੰ ਬਾਹਰ ਭੇਜੋ ਹਾਲੇ ਯਾਰ ਪਤਾ ਕਰੀ ਦੁਕਾਨ ਦੇ ਵਿੱਚ ਆ ਕੇ ਆਈਫੋਨ 13 ਪਰੋ 255 14 ਪਰੋ 255 ਕੈਮਰੇ ਵੱਡੇ ਕਰਦੇ ਦੇਖਣ ਡਾਇਨਾਮਿਕ ਤੋਂ ਡਾਇਨਾਮਿਕ ਆ ਗਿਆ ਸਿੰਪਲ ਆ ਗਿਆ ਕਿਹੜੀ ਕਿਹੜੀ ਦੇਣੀ ਇੱਧਰ ਵਾਲੀ ਕਿ ਉੱਧਰ ਵਾਲੀ ਇੱਕ ਤਾਂ ਕਢਾ ਚੁੱਕੇ ਜਿਹੜੀ ਢਿੱਲੀ ਹੈਗੀ ਹੈ ਅਰਸ਼ਵੀਰ ਨਾਲ ਸੱਚ ਇਹ ਦੋ ਗੱਲ ਕਰਨੀ ਭਰਾ ਹੈ ਮੇਰਾ ਮੇਰੀ ਤਾਂ ਲਿਖੀ ਹੋਈ ਹੈ ਤੁਹਾਨੇ ਭਾਜੀ ਕਿਆ ਹੋਇਆ ਚੈਕਿੰਗ ਕਰ ਰਹੇ ਆ ਜੀ ਥੋੜ੍ਹਾ ਜਿਹਾ ਮਨ ਡੋਲ ਜਿਹਾ ਰੇਟ ਦੱਸਦੇ ਨਾ ਜਦੋਂ ਪੈਸੇ ਲਾਣੇ ਉੱਥੇ ਲੱਗਦੇ ਨੇ ਇੱਕ ਹੋਰ ਦਿਖਾਇਆ ਇਹਨੇ ਭਾਜੀ ਵੱਡੇ ਬੰਦੇ ਤੁਸੀਂ ਲੈ ਸਕਦੇ ਹੋ ਭਾਜੀ ਥੋੜ੍ਹਾ ਜਿਹਾ ਫੋਨ ਲਾ
ਮੰਡ ਟੋਲ ਜਾਂਦਾ ਯਾਰ ਇਹਦੇ ਕੋਲ ਕਿਹੜਾ ਕੱਢ ਨਹੀਂ ਰੋਡੇ ਨਹੀਂ ਇਹ ਵੀ ਟੋਟ ਟੋਲ ਗਿਆ ਮਾੜਾ ਜਿਹਾ ਆਹ ਬੰਦੇ ਵਧੀਆ ਜਿਹੜੇ ਵੀਡੀਓ ਵਾਲੇ ਐਂਡਰੋਇਡ ਕੋਲ ਚੱਕੀ ਬੈਠੇ ਆ ਤੈਨੂੰ ਐਂਡਰੋਇਡ ਇਹ ਵੀ ਐਂਡਰੋਇਡ ਪਾਉਣਾ ਚੈੱਕ ਕਰੋ ਐਂਡਰੋਇਡ ਕੋਈ ਖਰਚਾ ਨਹੀਂ ਕਦੋਂ ਮਰਜ਼ੀ ਕਿੰਨੇ ਮਰਜ਼ੀ ਪੁੱਛੀ ਕਿੰਨੇ ਦਾ ਲੈਣਗੇ ਭਾਜੀ ਦੁਕਾਨ ਦੇ ਦੇਣਗੇ ਤੈਨੂੰ ਦੇ ਦੇਣਗੇ ਰਹਿਣ ਦੇ ਵਿੱਚ ਪਾਲਾਂ ਨੂੰ ਗੁੰਡੇ ਗੰਡੇ ਪੈ ਜਾਣਗੇ ਤਾਂ ਹੀ ਸੰਭਾਲ ਕੇ ਰੱਖਿਆ ਵੀਰੇ ਇਹਦੀ ਨਾ ਜਿਹੜੀ ਚੌਕ ਉਹਦੀ ਜਿਹੜੀ ਪਾਂਡੇ ਸਾਹਿਬ ਨੇ ਬੜੇ ਪੁਰਾਣੇ ਹੈਗੇ ਤਾਂ ਸ਼ੁਰੂ ਤੋਂ ਫੋਨ ਜਦੋਂ ਆਇਆ ਨਾ ਐਕਸ ਹੋ ਗਿਆ ਸਭ ਉੱਥੋਂ ਲੈ ਕੇ ਜਾਂਦੇ ਰਹੇ ਆਪਾਂ ਨਿਊ ਡੈਲਟ ਮੋਬਾਈਲ ਹੈ ਫਤਿਹਾਬਾਦ ਵਿੱਚ ਲਾਲ ਬੱਤੀ ਤੋਂ ਲੈਫਟ ਲੈ ਕੇ ਸਿੱਧੀ ਦੀ ਦੁਕਾਨ ਹੈਗੀ ਹੈ ਜਿਹੜੇ ਕੋਲ ਲੈਣੇ ਕੋਈ ਮਰਜ਼ੀ ਫੋਨ ਲਓ ਹੁਣ ਡਿਸਕਾਊਂਟ ਮਿਲੂਗਾ ਤੁਸੀਂ ਦੋਨੇ ਵੇਚ ਕੇ ਇੱਕ ਲੈ ਲੈਣਾ ਇਹਨੇ ਵੀ ਲੈਣਾ ਜੀ ਇਹਦਾ ਮਨ ਬੇਈਮਾਨ ਹੋ ਗਿਆ ਦੋਨੇ ਵੇਚ ਕੇ ਇੱਕ ਲੈ ਲਓ ਮਨ ਬੇਈਮਾਨ ਹੋ ਜਾਂਦਾ ਭਾਜੀ ਕਿੰਨੇ ਵਜੇ ਆਏ ਸੀ ਆਪਾਂ ਉਹ ਜਦੋਂ ਘੁੰਮੀ ਕੀ ਚੀਜ਼ ਲੈਣ ਆਈ ਨਾ ਟਾਈਮ ਲਿਖੀ ਤਾਂ ਹੁੰਦਾ ਤੁਹਾਡਾ ਐਂਡਰੋਇਡ ਕੀ ਸਮਝਣਗੇ ਆਈਫੋਨ ਸਮਝਣਗੇ ਇਹਦਾ ਡਨ ਹੋ ਗਿਆ ਫੋਨ ਬੰਦੇ ਦਾ ਹੁਣ ਦੇਖੋ ਮੈਂ ਜਾਈ ਸੇਮ ਦੋਨੇ ਡਾਟਾ ਟ੍ਰਾਂਸਫਰ ਕਰਨਾ ਟਾਈਮ ਦੇਖ ਲਓ ਜੀ 9 ਵਜ ਚੁੱਕੇ ਨੇ ਮੈਟਰ ਨਹੀਂ ਕਰਦਾ ਚੀਜ਼ਾਂ ਦਾ ਇਹਦਾ ਅਪਡੇਟ ਹੋਊਗਾ ਅਪਡੇਟ ਹੋ ਕੇ ਫਿਰ ਸਾਰਾ ਕੁਝ ਚੱਲ ਕਰਨਾ ਪਊਗਾ ਆਈਫੋਨ ਲੈਣਾ 2 ਸਤੰਬਰ ਤਾਂ ਅਸੀਂ ਨਾਲ ਲੈ ਇਹਨੂੰ ਵੀ ਨਾਲ ਇਹਨੂੰ ਨਾਲ ਜੇਬ ਤਾਂ ਆਈਫੋਨ ਬਾਏ 1 ਗੈਟ 1 ਫ੍ਰੀ ਲੈਣ ਤਾਂ ਮੈਂ ਇਹ ਨਾਲ ਹੀ ਚੁੱਪ ਗਿਆ ਮੇਰੇ ਕੋਈ ਨਹੀਂ ਭਰਾ ਹੁੰਦਾ ਰਹਿੰਦਾ ਮੈਂ ਹਾਂ ਬਾਈ ਮੇਰੇ ਨਾਲ ਦਾ ਉਹ ਦੋ ਇਕੱਠੇ ਨੇ ਅਸੀਂ ਦੋ ਇਕੱਠੇ ਐਂਡਰੋਇਡ ਵਾਲੇ ਦੋਨੇ 13 ਪਰੋ ਦੋਨੇ 14 ਪਰੋ ਭਰਾ ਕਿਹਦਾ ਫੀਲ ਹੋ ਰਿਹਾ ਪੈਸੇ ਲੱਗ ਗਏ ਉਹ ਕਿਤੇ ਦੋ ਐਂਡਰੋਇਡ ਜੀ ਤਰ੍ਹਾਂ ਸੀਗੇ 128 GB ਇਹ ਚ ਨਾ 138 ਮੈਗਾਪਿਕਸਲ ਦਾ ਕੈਮਰਾ A few moments later ਓਕੇ ਬ੍ਰਦਰ ਧੰਨਵਾਦ ਸਾਰਿਆਂ ਨੂੰ ਧੰਨਵਾਦ ਤੁਹਾਡਾ ਬਹੁਤ ਟਾਈਮ ਖਰਾਬ ਕੀਤਾ ਮੈਂ ਚਲੋ ਯਾਰ ਚੱਲੀਏ ਆਪਾਂ ਪੀਣਾ ਤੁਹਾਡੇ 10 ਹੋ ਗਏ ਬੈਠੋ ਭਰਾ ਭਾਜੀ ਤਾਂ ਟਾਈਮ ਬਹੁਤ ਖਰਾਬ ਕਰਤਾ ਆਪਾਂ 10:30 ਹੋ ਗਏ 8 ਵਜੇ ਕਰੀਬ ਆਏ ਹੋਏ ਸੀ ਆਪਾਂ ਉਹ ਬਈ ਚੱਲਾ ਬਾਕੀ ਚਲੇ ਗਏ ਮੈਂ ਆਪਾਂ ਵੀ ਚੱਲੀਏ ਬੈਠੀਏ ਭਰਾ ਹੋਰ ਭਰਾ ਕਿਵੇਂ ਲੱਗਿਆ ਨਵਾਂ ਫੋਨ ਲੈ ਕੇ ਵਧੀਆ ਵਧੀਆ ਵੀਰੇ ਪੂਰੇ ਪੈਸੇ ਲਾਤੇ ਪੈਸਾ ਲਾਤਾ ਪੈਸਾ ਇਹਦਾ ਵੀ ਜੀ ਕਰਿਆ ਜੀ ਪੈਸਾ ਲਾਉਣ ਦਾ ਬੜਾ ਇਹਦਾ ਵੀ ਜੀ ਕਰਿਆ ਨਹੀਂ ਨਹੀਂ ਉਹ ਤਾਂ ਉਹ ਦਿਖਾਓ ਉਹਦੇ ਨਾ ਮੈਂਬਰ ਲਾਈ ਮੱਛਰ ਮਾਰਦਾ ਮੈਂਬਰ ਦੇ ਵਿੱਚ ਆ ਦੇਖੋ ਜੀ ਮੱਛਰ ਵੜ ਗਿਆ 2 ਵਾਰੀ ਮੈਂਬਰੇਨ ਚੇਂਜ ਕਰਾਈ ਫਿਰ 3 ਵਾਰੀ ਫਿਰ ਮੱਛਰ ਵੜ ਗਿਆ ਮੱਛਰ ਵੜ ਗਿਆ ਵਿੱਚ ਸੋ ਵੈਸੇ ਇਹ ਬੰਦੇ ਵਧੀਆ ਸੀਗੇ ਮਸਟ ਵਿਜ਼ਿਟ ਟੈਲੈਂਟ ਮੋਬਾਈਲ ਮੈਂ ਤੁਹਾਨੂੰ ਦੱਸਦਾ ਇਹ ਇਹਨਾਂ ਦਾ ਕੋਈ ਏਮ ਨਹੀਂ ਸੀ ਫੋਨ ਲੈਣਾ ਕੁਛ ਵੀ ਲੈਣਾ ਵੈਸੇ ਮੈਂ ਨਾਲ ਲਿਆ ਮੈਂ ਤਾਂ ਸੋਚ ਕੇ ਆਇਆ ਸੀ ਫੋਨ ਜੋ ਮਿਲ ਗਿਆ ਤਾਂ ਲਵਾਂਗੇ ਬਟ ਮੈਨੂੰ ਵੀ ਮਿਲ ਗਿਆ ਇਹਨੂੰ ਵੀ ਮਿਲ ਗਿਆ ਮੈਂ ਸਹੀ ਦੱਸਾਂ ਇਹ ਮੇਰੇ ਨਾਲ ਰੁਤੀਏ ਤੋਂ ਫਤਿਹਾਬਾਦ ਤੱਕ ਆਇਆ ਮੈਨੂੰ ਇਹ ਨਹੀਂ ਪਤਾ ਮੇਰੇ ਕੋਲ 13 ਪਰੋ ਹੈਗਾ ਮੈਨੂੰ ਸੱਚੀ ਨੂੰ ਪਤਾ ਸੀ ਮੈਨੂੰ ਮੇਰੇ ਕੋਲ 13 ਪਰੋ ਸੀਗਾ ਇਹਦੇ ਕੋਲ 13 ਪਰੋ ਦੋਨਾਂ ਨੇ 13 ਪਰੋ ਦੇ ਕੇ 14 ਪਰੋ ਲੈਣੇ ਆ ਬਸ ਫਰਕ ਕਿੰਨਾ ਉਹਦਾ 128 ਹੈ ਮੇਰੇ 256 GB ਹੈ ਉਹ ਦੇਖਿਓ ਨੇ ਪਰਪਲ ਕਰ ਸੀ ਦੋਨੇ ਪਰਪਲ ਨੇ ਬਸ ਸਟੋਰੇਜ ਦਾ ਫਰਕ ਹੈ ਜੇ ਰਿਵਿਊ ਪੁੱਛੇ ਜਾਵੇ ਤਾਂ ਜਿਹੜਾ ਜਿਹਦੇ ਪੈਸੇ ਲੱਗਦੇ ਇਹਨਾਂ ਨੂੰ ਪਤਾ ਲੱਗਦਾ ਰਿਵਿਊ ਪਿੱਛੇ ਲੈ ਸਕਦੇ ਹੋ ਰਿਵਿਊ ਪੂਰੇ ਗੁੱਡ ਸੀਗੇ ਵੈਸੇ ਅੰਦਰੋਂ ਚਲੇ ਜਾਂਦਾ ਦੁੱਖ ਨਾ ਜਦੋਂ ਪੈਸੇ ਲੱਗਦੇ ਪੈਸੇ ਲੱਗਦੇ ਦੁੱਖ ਤਾਂ ਬਟ ਜਦੋਂ ਰਿਜ਼ਲਟ ਮਿਲਦਾ ਉਹ ਸਾਨੂੰ ਸਵਾਦ ਹੀ ਆ ਜਾਂਦਾ ਉਹ ਚੀਜ਼ ਮੰਨਣ ਵਾਲੀ ਗੱਲ ਹੈ
ਲਾਸਟ ਅਕਤੂਬਰ ਚ ਆਇਆ ਸੀ, ਉਦੋਂ ਵੀ ਮੈਂ 14 ਪ੍ਰੋ ਲੈਣ ਆਇਆ ਸੀਗਾ, ਉਦੋਂ ਇਹਦੇ ਕੋਲ ਮਿਲਿਆ ਨਹੀਂ ਗਾ, ਉਦੋਂ ਨਾ ਥੋੜ੍ਹੀ ਜਿਹੀ ਡਿਮਾਂਡ ਘੱਟ ਸੀ, ਜਦੋਂ ਥੋੜ੍ਹੀ ਡਿਮਾਂਡ ਚਾਹੀਦੀ ਹੋ ਰਹੀ ਹੈ ਪਤਾ, ਇਹਦੇ ਕੋਲ ਫੋਨ ਬਥੇਰੇ, ਜਿੰਨਾ ਮਰਜ਼ੀ ਫੋਨ ਲੈ ਲਓ, ਕੋਈ ਮਰਜ਼ੀ ਫੋਨ ਲੈ ਲਓ, ਫਤਿਹਾਬਾਦ ਵਿੱਚ ਲਾਲ ਬੱਤੀ ਤੋਂ ਲੈਫਟ ਲੈ ਕੇ ਮੋਬਾਈਲ ਮਾਰਕੀਟ ਹੈਗੀ ਨਿਊ ਟੈਨ ਮੋਬਾਈਲ, ਕੋਈ ਮਰਜ਼ੀ ਬੰਦਾ ਆਪਣਾ ਖਾਸ ਬੰਦਾ, ਮੈਂ ਸ਼ੁਰੂ ਤੋਂ ਇਹਦੇ ਕੋਲ ਆਉਂਦਾ, ਜਦੋਂ ਮੇਰੇ ਕੋਲ 7+ ਹੁੰਦਾ ਸੀ ਉਦੋਂ ਮੈਂ ਇਹਦੇ ਕੋਲ ਆਈ ਜਾਂਦਾ ਮੈਂ। ਨੰਬਰ ਤੁਹਾਨੂੰ ਸਰ ਨੀਚੇ ਮਿਲ ਜੂਗਾ, ਨੰਬਰ ਤੁਹਾਨੂੰ ਮੈਂਸ਼ਨ ਕਰ ਦਾਂਗੇ, ਜੇ ਕੋਈ ਫੋਨ ਬਾਰੇ ਪੁੱਛਣਾ ਜਾਂ ਕੁਝ ਵੀ ਪੁੱਛਣਾ ਤੁਸੀਂ ਪੁੱਛ ਸਕਦੇ ਹੋ। ਹਾਂ, ਐਡਰੈਸ ਤੁਹਾਨੂੰ ਦੇ ਦਾਂਗੇ, ਐਡਰੈਸ ਵੀ ਥੱਲੇ ਆਪਾਂ ਲਿਖ ਦਾਂਗੇ, ਨੰਬਰ ਵੀ ਦੇ ਦਾਂਗੇ। ਆਪਾਂ ਇਹਦਾ ਬਰਥਡੇ ਸੀਗਾ, ਕੁਝ ਬਹੁਤ ਤੇਜ ਹੋ ਰਿਹਾ ਹੈ ਮੇਰੇ ਵੀਡੀਓ ਚ ਸਾਰਾ ਆ ਜੂਗਾ, ਆ ਵੀ ਪਊਗਾ ਵੀਡੀਓ ਚ, ਆ ਵੀ ਪਊਗਾ, ਕਟਿੰਦਾ ਕੁਛ ਨੀ। ਮੇਰੇ ਦੁਬਾਰਾ ਬੋਲੋ ਕੀ ਕਿਹਾ ਸੀ? ਸ਼ਾਂਤੀ 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 ਬਰਕਰਾਰ ਰੱਖੋ ਭਾਜੀ, ਭਾਜੀ ਘਰੇ ਦੱਸਿਆ ਫੋਨ ਲੈਣਾ ਸੀ, ਅਸੀਂ ਦੱਸ ਤਾਂ ਘਰੇ, ਹੁਣ ਦੇਖੋ ਘਰੇ ਕੀ ਰਿਐਕਸ਼ਨ ਹੁੰਦੇ ਨੇ। ਜੇ ਰਿਵਿਊ ਲੈਣਾ ਤਾਂ ਦਿਲ ਕਟਰਾ ਕਰਕੇ ਸਹੀ ਹੈ, ਲੈ ਲੈ ਫੋਨ ਜੋ ਲੈਣਾ, ਜਿਹੜਾ ਵੀਡੀਓ ਬਣੀ ਹੁੰਦੀ ਹੈ 14 ਪ੍ਰੋ ਦੀ ਕੁਆਲਿਟੀ ਹੈ, ਹਾਂ ਜਿਹੜਾ ਪਹਿਲੀ ਵੀਡੀਓ ਮਤਲਬ ਕਿ ਦੋ ਕਲਿੱਪਾਂ ਪਿੱਛੇ ਜਿਹੜੀ ਵੀਡੀਓ ਬਣੀਆਂ ਨੇ ਉਹ 13 ਪ੍ਰੋ ਦੀ ਕੁਆਲਿਟੀ ਹੈ। ਸੋ ਕੋਈ ਨਹੀਂ, ਆਪਾਂ ਵੀਡੀਓ ਦੇ ਐਂਡ ਕਰਦੇ ਹਾਂ, ਕਿਉਂਕਿ ਲੇਟ ਬਹੁਤ ਹੋ ਗਏ, ਥੋੜ੍ਹਾ ਜਾਣ ਦੀ ਕਰੀ ਜਾਂਦੇ ਆਪਾਂ। ਅਤੇ ਤੁਸੀਂ ਵੀਡੀਓ ਨੂੰ ਮੇਰੀ ਲਾਈਕ ਕਰੋ, ਸ਼ੇਅਰ ਕਰੋ, ਚੈਨਲ ਨੂੰ ਕਰੋ ਸਬਸਕ੍ਰਾਈਬ, ਅਤੇ ਮਿਲਦੇ ਹਾਂ ਭਾਵੇਂ ਨੈਕਸਟ ਵਲੌਗ 'ਚ, ਠੀਕ ਹੈ ਜੀ, ਮਿਲਦੇ ਹਾਂ, ਸਤਿ ਸ਼੍ਰੀ ਅਕਾਲ।